ਸਾਤ ਸੰਗਤ ਮਸਤਾਨੇ ਫਿਲਮ ਆ ਰਹੀ ਹੈ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਟ੍ਰੇਲਰ ਵੇਖ ਲਿਆ ਕਿਉਂਕਿ ਟ੍ਰੇਲਰ ਉਸ ਦਾ ਰਿਲੀਜ਼ ਹੋ ਚੁੱਕਿਆ ਹੈ ਇਹ ਲੋਕ ਕੌਣ ਸੀ ਇਸ ਫਿਲਮ ਦੇ ਵਿੱਚ ਸ਼ੇਰੇ ਪੰਜਾਬ ਦਾ ਜ਼ਿਕਰ ਵੀ ਜ਼ਰੂਰ ਹੋਇਆ ਸੋ ਇਸ ਚੀਜ਼ਾਂ ਤੇ ਆਪਾਂ ਕੁਝ ਝਾਤ ਜ਼ਰੂਰ ਮਾਰਾਂਗੇ ਕਿਉਂਕਿ ਇਹ ਫਿਲਮ ਦੇਖਣੀ ਕਿਉਂ ਜ਼ਰੂਰੀ ਹੈ ਪਹਿਲੀ ਬੇਨਤੀ ਤਾਂ ਆਪਾਂ ਇਸ ਵਾਅਬਤੀ ਸ਼ੁਰੂ ਕਰਨੀ ਹੈ ਸੋ ਪਹਿਲਾਂ ਤਾਂ ਫਤਿਹ ਬਲਾਉ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪੰਜਾਬੀ ਸਿਨੇਮਾ ਉਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਐਡੀ ਵੱਡੀ ਸੋਚ ਰੱਖੀ ਔਰ ਇਹੋ ਜੀ ਚੀਜ਼ ਨੂੰ ਪ੍ਰਮੋਟ ਕੀਤਾ ਹੈ ਆਪਾਂ ਕਹਿੰਨੇ ਆ ਪੰਜਾਬੀ ਸਿਨੇਮਾ ਕੁਝ ਚੰਗਾ ਨਹੀਂ ਕਰ ਰਿਹਾ ਪਰ ਅੱਜ ਤਾਰੀਫ਼ ਕਰਨੀ ਬਣਦੀ ਹੈ ਕਿਉਂਕਿ ਕੁਝ ਚੰਗਾ ਕੀਤਾ ਹੈ ਦੂਜੀ ਬੇਨਤੀ ਸਾਧ ਸੰਗਤ ਸਾਡੇ ਕੋਲੇ ਇਤਿਹਾਸ ਪਿਆ ਹੈ ਕਿਤਾਬਾਂ ਚ ਗ੍ਰੰਥਾਂ ਚ ਪਰ ਉਸ ਨੂੰ ਅੱਜ ਡਿਜੀਟਲਾਈਟ ਕਰਨ ਦਾ ਜਿਹੜਾ ਕੰਮ ਹੈ ਉਹ ਬਹੁਤ ਜ਼ਰੂਰੀ ਹੈ ਉਸ ਨੂੰ ਡਿਜੀਟਲ ਕਰਕੇ ਨਵੀਂ ਪੀੜੀ ਨੂੰ ਦਿਖਾਉਣਾ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਕਿਤਾਬਾਂ ਗ੍ਰੰਥਾਂ ਦੇ ਵਿੱਚ ਪਿਆ ਹੋਇਆ ਸਾਡਾ ਇਤਿਹਾਸ ਸ਼ਾਇਦ ਉਹਨਾਂ ਚ ਬੰਦ ਰਹੇਗਾ ਸਾਡੀ ਨਵੀਂ ਪੀੜ੍ਹੀ ਅਜੇ ਹਾ ਕੁਝ ਨਹੀਂ ਕਰ ਰਹੀ ਕਿਉਂਕਿ ਅੱਜ ਜਿਹੜੇ ਹਿਸਾਬ ਦਾ ਜਿੰਮੇ ਦਾ ਸਮਾਂ ਹੈ ਸੋ ਪਿਆਰਿਓ ਅੱਜ ਉਹ ਜਿਹੇ ਹਿਸਾਬ ਦੇ ਨਾਲ ਸਾਨੂੰ ਬਣਾ ਕੇ ਪਰੋਸ ਕੇ ਉਹਨਾਂ ਨੂੰ ਦੇਣਾ ਪਏਗਾ ਤਾਂ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੁਝ ਪੈ ਸਕੇ ਉਹਨਾਂ ਨੂੰ ਕੁਝ ਸਮਝ ਲੱਗ ਸਕੇ ਵੀ ਕੀ ਚੀਜ਼ ਹੈ ਪਤਾ ਲੱਗੇ ਸੋ ਇਹ ਬੇਨਤੀਆਂ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ ਸਿੱਖ ਰਾਜ ਦੇ ਬਾਰੇ ਆਪਾਂ ਸਾਰੇ ਜਾਣਦੇ ਆ ਇਸ ਦੇ ਵਿੱਚ 1739 ਦਾ ਜੋ સામਰਾਜ ਹੈ ਉਹ ਦਿਖਾਇਆ ਜਾਏਗਾ ਮੁਹੱਤਮ ਪੂਰਨ ਹੈ ਉਹ ਚੀਜ਼ਾਂ ਸਾਡੇ ਲਈ ਤੇ ਕਤਲੇਆਮ ਜੋ ਹੋਇਆ ਉਹਦੇ ਵਿੱਚ ਸਭ ਕੁਝ ਸਾਨੂੰ ਜ਼ਿਕਰ ਮਿਲਣ ਦੇਖੋ ਸਾਰਾ ਕੁਝ ਦੱਸ ਕੇ ਸਾਰੀ ਸਟੋਰੀ ਇਤਿਹਾਸ ਵਿੱਚੋਂ ਹੀ ਹੈ ਮੈਂ ਸਾਰਾ ਕੁਝ ਦੱਸ ਕੇ ਤੁਹਾਡਾ ਸਸਪੈਂਸ ਨਹੀਂ ਬਰਬਾਦ ਕਰਨਾ ਪਰ ਦੇਖੋ ਇੱਕ ਚੀਜ਼ ਦੇ ਵਿੱਚ ਸਿੱਖਣ ਲਈ ਜ਼ਰੂਰ ਜ਼ਰੂਰੀ ਹੈ ਸਿੱਖ ਧਰਮ ਦਾ ਮੁੱਢ ਕੀ ਸਿੱਖ ਧਰਮ ਦਾ ਮੁੱਢ 1469 ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਜਨਮ ਤੋਂ ਸਾਧ ਸੰਗਤ ਬਹੁਤ ਕੁਝ ਹੋਇਆ ਖਾਲਸੇ ਨੂੰ ਮੁਗਲ ਸਾਮਰਾਜ ਦੇ ਜ਼ੁਲਮ ਅਤੇ ਅਨਿਆਂ ਦੇ ਕਿਸੇ ਹੋਰ ਰੂਪ ਦਾ ਵਿਰੋਧ ਕਰਨ ਲਈ ਨਿਯੁਕਤ ਕੀਤਾ ਗਿਆ ਸੀ 18ਵੀਂ ਸਦੀ ਦੇ ਆਰੰਭ ਵਿੱਚ ਖਾਲਸੇ ਨੂੰ ਸਰਕਾਰ ਦੁਆਰਾ ਗੈਰ ਕਾਨੂੰਨੀ ਵੀ ਘਰਾਰ ਦਿੱਤਾ ਗਿਆ ਸੀ ਪੰਜਾਬ ਖੇਤਰ ਗਵਾਂਡੀ ਕਸ਼ਮੀਰ ਦੇ ਦੂਰ ਦੁਰਾਡੇ ਦੇ ਜੰਗਲਾਂ ਰੇਗਿਸਤਾਨਾਂ ਅਤੇ ਦਲਦਲ ਦੀ ਸੁਰੱਖਿਆ ਵਿੱਚ ਬਚਿਆ ਰਿਹਾ ਸਿੱਖਾਂ ਦਾ ਜ਼ੁਲਮ 1739 ਤੇ 1746 ਦੇ ਵਿੱਚ ਬਿਲਕੁਲ ਇਦਾਂ ਹੀ ਰਿਹਾ ਲਾਹੌਰ ਦਾ ਜਿਹੜਾ ਗਵਰਨਰ ਸੀ ਜ਼ਕਰੀਆ ਖਾਨ ਬਹਾਦਰ ਨੇ ਸਿੱਖਾਂ ਦੀ ਖੋਜ ਅਤੇ ਕਤਲ ਲਈ ਮੁਨਾਫੇ ਦੇ ਇਨਾਮ ਦੀ ਪੇਸ਼ਕਸ਼ ਕੀਤੀ। ਇੱਕ ਸਿੱਖ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਲਈ ਇੱਕ ਮਹੱਤਮਪੂਰਨ ਵਿਤੀ ਇਨਾਮ ਦੀ ਪੇਸ਼ਕਸ਼ ਵੀ ਰੱਖੀ ਗਈ। ਕਿਸੇ ਵੀ ਵਿਅਕਤੀ ਨੂੰ ਇੱਕ ਕੰਬਲ ਦੀ ਪੇਸ਼ਕਸ਼ ਕੀਤੀ ਜਾਂਦੀ ਸੀ। ਜੋ ਕਿਸੇ ਸਿੱਖ ਜਾਂ ਖਾਲਸੇ ਦੀ ਵਿਲੱਖਣ ਮੇਨ ਨੂੰ ਕੱਟਣ ਵਿੱਚ ਕਾਮਯਾਬ ਹੁੰਦਾ ਸੀ ਇੱਕ ਸਿੱਖ ਖੋਪੜੀ ਦੀ ਡਿਲੀਵਰੀ ਲਈ ਇੱਕ ਵੱਡੀ ਰਕਮ ਸਿੱਖਾਂ ਦੇ ਘਰਾਂ ਦੀ ਲੁੱਟ ਨੂੰ ਯਕੀਨੀ ਬਣਾਇਆ ਗਿਆ ਸਿੱਖਾਂ ਦੀਆਂ ਹਰਕਤਾਂ ਬਾਰੇ ਜਾਣਕਾਰੀ ਨੂੰ ਪਨਾਹ ਦਿੰਦਾ ਜਾਂ ਰੋਕਦਾ ਸੀ ਉਹ ਵੀ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰਨ ਲਈ ਜ਼ਿੰਮੇਵਾਰ ਸੀ ਜਕਰੀਆ ਖਾਨ ਦੀ ਪੁਲਿਸ ਨੇ ਦੇਸ਼ ਭਰ ਵਿੱਚ ਘੇਰਾ ਪਾ ਲਿਆ ਸੈਂਕੜੇ ਸਿੱਖਾਂ ਨੂੰ ਜੰਜੀਰਾ ਵਿੱਚ ਝਗੜ ਲਿਆ ਉਹਨਾਂ ਨੂੰ ਲਾਹੌਰ ਦੇ ਘੋੜਾ ਬਾਜ਼ਾਰ ਵਿੱਚ ਜਨਤਕ ਤੌਰ ਤੇ ਫਾਂਸੀ ਵੀ ਦਿੱਤੀ ਗਈ ਸ਼ਹੀਦ ਗੰਜ ਸ਼ਹੀਦ ਦੀ ਜਗਾ ਦਾ ਨਾਮ ਵੀ ਬਦਲਿਆ ਗਿਆ ਸੀ ਚਤ ਸੰਗਤ ਨਾਦਰ ਸ਼ਾ ਜਕਰੀਆ ਖਾਨ ਫਰਖਸ਼ੀਅਰ ਔਰ ਇਸ ਫਿਲਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਪਸੰਤੀ ਰੰਗ ਹੈ ਇੱਕ ਸਿੱਖ ਰਥ ਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਹਦੇ ਮਗਰ ਨਿਸ਼ਾਨ ਸਾਹਿਬ ਹੈ ਨਿਸ਼ਾਨ ਸਾਹਿਬ ਫਰਲਾ ਝੂਲ ਰਿਹਾ ਜਿਹਦੇ ਤੇ ਖੰਡੇ ਦਾ ਨਿਸ਼ਾਨ ਬਣਿਆ ਹੋਇਆ ਹੈ ਹੁਣ ਪੂਰਾ ਤੇ ਪ੍ਰੋਪਰ ਨਹੀਂ ਦਿਖਾਇਆ ਗਿਆ ਪਰ ਸ਼ਾਇਦ ਇਹ ਮਹਾਰਾਜਾ ਰਣਜੀਤ ਸਿੰਘ ਬਾਰੇ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਹੀ ਜ਼ਿਕਰ ਹੈ ਇਸ ਦੇ ਵਿੱਚ ਜੋ ਆਪਾਂ ਸਾਫ਼ ਤੌਰ ਤੇ ਵੇਖਾਂਗੇ ਇਸ ਫਿਲਮ ਦੇ ਵਿੱਚ ਜੋ ਪੁਰਾਣਾ ਇਤਿਹਾਸ ਦਿਖਾਇਆ ਗਿਆ ਕੋਸ਼ਿਸ਼ ਕੀਤੀ ਗਈ ਹੈ ਉਹ ਇਤਿਹਾਸ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਇਤਿਹਾਸ ਨੂੰ ਦਿਖਾਉਣ ਦੀ ਜੋ ਇਤਿਹਾਸ ਅਸੀਂ 17ਵੀਂ 18ਵੀਂ ਸਦੀ ਦਾ ਭੁੱਲ ਚੁੱਕੇ ਹਾਂ ਉਹ ਸਭ ਕੁਝ ਇਸ ਦੇ ਵਿੱਚ ਦਿਖਾਇਆ ਗਿਆ ਤੁਸੀਂ ਉਸ ਨੂੰ ਵਖੂਬੀ ਟੀਵੀ ਸਕਰੀਨ ਤੇ ਦੇਖ ਪਾਉਗੇ ਤੁਸੀਂ ਉਸ ਨੂੰ ਵਾਕੂਬੀ ਟੀਵੀ ਸਕਰੀਨ ਤੇ ਵੇਖੋਗੇ ਜਦੋਂ ਇਹ ਫਿਲਮ ਪੂਰੀ ਦੇਖੋਗੇ ਰਿਲੀਜ਼ ਹੋਵੇਗੀ ਮੈਂ ਬੇਨਤੀ ਕਰਾਂ ਇਹ ਫਿਲਮ ਦੇਖਣ ਦੇ ਲਈ ਸਾਨੂੰ ਸਾਰੇ ਪਰਿਵਾਰ ਨੂੰ ਸਾਡੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਣਾ ਚਾਹੀਦਾ ਤੁਹਾਨੂੰ ਪਤਾ ਲੱਗੇਗਾ ਕਿ ਸਿੱਖਾਂ ਦਾ ਇਤਿਹਾਸ ਕੀ ਰਿਹਾ ਗਜਨੀ ਦੇ ਬਾਜ਼ਾਰਾਂ ਦੀ ਗੱਲ ਜਦੋਂ ਹੁੰਦੀ ਹੈ ਤੇ ਸਿੱਖਾਂ ਨੂੰ ਐਵੇਂ ਸਮਝਿਆ ਜਾਂਦਾ ਹੈ ਵੀ ਸ਼ਾਇਦ ਇਹ ਝੂਠ ਹੈ ਜੀ ਇਹ ਗਪੌੜ ਹੈ ਜੀ ਐਵੇਂ ਹੈ ਨਹੀਂ ਪਿਆਰਿਓ ਉਸ ਵਕਤ ਕਹਿੰਦੇ ਨੇ 12 ਕਦੋਂ ਵੱਜਦੇ ਸੀ ਸਿੱਖਾਂ ਦੇ 12 ਕਦੋਂ ਵੱਜਦੇ ਨੇ ਇਹ ਇਸ ਫਿਲਮ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਇਆ ਜਾਏਗਾ ਜਦੋਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਨਿਲਾਮ ਕੀਤੀ ਜਾਂਦੀ ਸੀ ਉਸ ਵਕਤ ਸਿੰਘ ਉਥੋਂ ਛੁਡਵਾ ਕੇ ਲਿਆਉਂਦੇ ਸੀ ਸਿੰਘ ਉਥੋਂ ਤਿੰयां ਭੈਣਾਂ ਨੂੰ ਆਜ਼ਾਦ ਕਰਵਾ ਕੇ ਉਹਨਾਂ ਦੇ ਘਰੋ ਘਰੀ ਆਪਣੇ ਖਰਚਿਆਂ ਤੇ ਪਹੁੰਚਾਉਂਦੇ ਸੀ ਇਹ ਹੈ ਜੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਗਜ਼ਨੀ ਦਾ ਬਾਜ਼ਾਰ ਵਾਕੂਬੀ ਦਿਖਾਇਆ ਗਿਆ ਗਜ਼ਨੀ ਦੇ ਬਾਜ਼ਾਰ ਬਾਰੇ ਸਾਨੂੰ ਇਸ ਫਿਲਮ ਦੇ ਵਿੱਚ ਦੱਸਿਆ ਜਾਏਗਾ ਤੇ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਕਿ 12 ਵਜਣ ਦੀ ਅਸਲ ਕਹਾਣੀ ਕੀ ਹੈ ਆਪਾਂ ਕਹਿੰਦੇ ਨੇ ਸ਼ਕਲ ਤੇ ਤੇਰੇ 12 ਵਜੇ ਐ ਤੇ ਸਿੱਖਾਂ ਦੇ 12 ਕਦੋਂ ਵੱਜਦੇ ਸੀ ਇਸ ਫਿਲਮ ਦੇ ਵਿੱਚ ਤੁਸੀਂ ਵਾਕੂਬੀ ਦੇਖੋਗੇ ਉਹ ਇਤਿਹਾਸ ਜੋ ਸ਼ਾਇਦ ਅਸੀਂ ਕਦੇ ਸੋਚਿਆ ਵੀ ਨਹੀਂ ਹੋਏਗਾ ਉਹ ਇਤਿਹਾਸ ਜੋ ਸ਼ਾਇਦ ਸਾਨੂੰ ਇਸ ਬਾਰੇ ਨੌਲੇਜ ਬਹੁਤ ਘੱਟ ਹੋਵੇ ਛੋਟੇ ਕੱਲੂ ਘਾਰੇ ਬਾਰੇ ਵੀ ਇਸ ਦੇ ਵਿੱਚ ਜ਼ਰੂਰ ਸਾਨੂੰ ਜ਼ਿਕਰ ਮਿਲੇਗਾ ਤੇ 1746 ਦਾ ਜੋ ਕਤਲੇਆਮ ਹੋਇਆ ਛੋਟਾ ਕੱਲੂ ਘਾਰਾ ਉਹਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਗੁਜਰਾਂ ਵਾਲੇ ਪਿੰਡ ਦਾ ਦੇ ਐਮਨਾਬਾਦ ਇਲਾਕੇ ਦਾ ਜਸਪਤ ਰਾਏ ਜ਼ਗੀਰਦਾਰ ਸਿੱਖਾਂ ਦੇ ਘੁੰਮਣ ਵਾਲੇ ਜਥੇ ਦੇ ਮੁਕਾਬਲੇ ਨਾਲ ਜੋ ਮਾਰੇ ਗਏ ਉਹਨਾਂ ਸਾਰਿਆਂ ਦਾ ਜ਼ਿਕਰ ਤੁਹਾਨੂੰ ਮਿਲੇਗਾ ਲਾਹੌਰ ਦੀਵਾਨ ਮਾਲ ਮੰਤਰੀ ਆਪਣਾ ਬਦਲਾ ਲੈਣ ਦੀ ਸੌਂ ਖਾਨ ਵਾਲਾ ਤੁਹਾਨੂੰ ਸਾਰਾ ਇਤਿਹਾਸ ਇੱਥੇ ਮਿਲਣਾ ਹੈ 10 ਮਾਰਚ 1746 ਨੂੰ ਉਹ ਇਤਿਹਾਸ ਵੀ ਤੁਹਾਨੂੰ ਮਿਲਣਾ ਹੈ ਤੇ ਸਰੋਵਰ ਨੂੰ ਰੇਤ ਨਾਲ ਪੂਰਿਆ ਗਿਆ ਉਹ ਇਤਿਹਾਸ ਵੀ ਤੁਹਾਨੂੰ ਇਸ ਦੇ ਵਿੱਚ ਵੇਖਣ ਨੂੰ ਮਿਲਣਾ ਸੋ ਸਾਧ ਸੰਗਤ ਇਹ ਫਿਲਮ ਜਿਹੜੀ ਹੈ ਜ਼ਰੂਰ ਵੇਖ ਕੇ ਆਇਓ ਕਿਉਂਕਿ ਇਹ ਪਹਿਲੀ ਵਾਰ ਹੋਇਆ ਪੰਜਾਬੀ ਪਾਲੀਵੁੱਡ ਸਿਨੇਮਾ ਦੇ ਵਿੱਚ ਕਿ ਸਿੱਖ ਇਤਿਹਾਸ ਨੂੰ ਦਰਸਾਉਂਦੀ ਇੱਕ ਅਜਿਹੀ ਫਿਲਮ ਬਣੀ ਹੈ ਪਹਿਲਾਂ ਚਾਰ ਸਹਬਜ਼ਾਦੇ ਫਿਲਮ ਦੇਖੀ ਗਈ ਬڑے ਲੋਕ ਉਸ ਤੋਂ ਪ੍ਰਭਾਵਿਤ ਹੋਏ ਤੇ ਸ਼ਾਇਦ ਇਹ ਫਿਲਮ ਵੀ ਉਸੇ ਤਰ੍ਹਾਂ ਦਾ ਰੋਲ ਨਿਭਾਈ ਕਿ ਸਾਡੀ ਟੁੱਟੀ ਹੋਈ ਨੌਜਵਾਨੀ ਨੂੰ ਸ਼ਾਇਦ ਦੁਬਾਰਾ ਤੋਂ ਲੀਤੇ ਲੈ ਆਵੇ ਇਸ ਕਰਕੇ ਸਾਨੂੰ ਇਸ ਫਿਲਮ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਜ਼ਰੂਰ ਅਪਰੀਸ਼ੀਏਟ ਹੋਰਾਂ ਨੂੰ ਵੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ